ਨਾਮਧਾਰੀ ਸੰਪਰਦਾ ਮੁਖੀ ਮਾਤਾ ਚੰਦ ਕੌਰ ਜੀ ਦੇ ਕਾਤਲਾਂ ਨੂੰ ਕੌਣ ਬਚਾ ਰਿਹਾ ਹੈ? ਭਾਜਪਾ ਬਚਾ ਰਹੀ ਹੈ ਜਾਂ ਕਾਂਗਰਸੀ ਲੋਕ? ਚੌਵੀ ਘੰਟੇ ਪ੍ਰਾਈਵੇਟ ਸਿਕਿਉਰਿਟੀ, 24 ਘੰਟੇ ਪਬਲਿਕ ਸਿਕਿਉਰਿਟੀ, ਪੁਲਿਸ ਸਿਕਿਉਰਿਟੀ ਦੇ ਦੌਰਾਨ ਹੈਗਾ ਹੈ, ਉੱਥੇ ਸੀਸੀਟੀਵੀ ਕੈਮਰੇ ਮੌਜੂਦ ਨੇ, ਫਿਰ ਵੀ ਕਾਤਲ ਆਉਂਦੇ ਨੇ ਔਰ ਮਾਤਾ ਚੰਦ ਕੌਰ ਜੀ ਦਾ ਕਤਲ ਕਰਕੇ ਨਿਕਲ ਜਾਂਦੇ ਨੇ। ਤੁਸੀਂ ਬਾਖੂਬੀ ਜਾਣਦੇ ਹੋ ਕਿ ਮਾਤਾ ਚੰਦ ਕੌਰ ਜੀ ਦਾ ਜਿਸ ਤਰੀਕੇ ਨਾਲ ਕਤਲ ਹੋਇਆ ਸੀ, ਉਸ ਤੋਂ ਬਾਅਦ ਨਾਮਧਾਰੀ ਸੰਪਰਦਾ ਦੇ ਵਿੱਚ ਰੋਸ ਦੀ ਲਹਿਰ ਹੈ। ਸੀਬੀਆਈ ਅਤੇ ਪੰਜਾਬ ਪੁਲਿਸ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਗੁਰਦੁਆਰਾ ਭੈਣੀ ਸਾਹਿਬ ਵਿਖੇ ਕਿਲੇ ਜਿਹੀ ਚਾਰ ਦੀਵਾਰੀ ਹੈ, ਹਰ ਪਾਸੇ ਸੀਸੀਟੀਵੀ ਕੈਮਰੇ ਲੱਗੇ ਨੇ, ਗੇਟ ਉੱਤੇ ਮੈਟਲ ਡਿਟੈਕਟਰ ਵੀ ਲੱਗੇ ਹੋਏ ਨੇ। ਕਰੀਬ 50 ਹਥਿਆਰਬੰਦ ਪੁਲਿਸ ਮੁਲਾਜ਼ਮ ਅਤੇ ਪ੍ਰਾਈਵੇਟ ਸੁਰੱਖਿਆ ਕਰਮੀ ਵੀ ਹਰ ਸਮੇਂ ਤੈਨਾਤ ਰਹਿੰਦੇ ਨੇ। ਅਗਰ ਐਸੇ ਸਥਾਨ ਉੱਤੇ ਕਿਸੇ ਦਾ ਕਤਲ ਹੋ ਜਾਂਦਾ ਹੈ ਤਾਂ ਉਸ ਦੀ ਪਹਿਲੀ ਜ਼ਿੰਮੇਵਾਰੀ ਉਸ ਥਾਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਦੀ ਹੁੰਦੀ ਹੈ। ਜਿਸ ਗੁਰਦੁਆਰੇ ਦੇ ਅੰਦਰ ਠਾਕੁਰ ਉਦੇ ਸਿੰਘ ਦੀ ਆਪਣੀ ਮਾਂ ਬੇਬੇ ਦਲੀਪ ਕੌਰ ਜੀ ਨੂੰ ਜਾਣ ਦੀ ਇਜਾਜ਼ਤ ਨਹੀਂ, ਉੱਥੇ ਹੀ ਉਹਨਾਂ ਦੀ ਤਾਈ ਮਾਤਾ ਚੰਦ ਕੌਰ ਜੀ ਦੇ ਕਾਤਲ ਉਹਨਾਂ ਦੀ ਆਗਿਆ ਤੋਂ ਬਿਨਾਂ ਅੰਦਰ ਕਿੱਦਾਂ ਚਲੇ ਗਏ ਅਤੇ ਕਤਲ ਨੂੰ ਅੰਜਾਮ ਦੇ ਕੇ ਉੱਥੋਂ ਬਾਹਰ ਕਿੱਦਾਂ ਆ ਗਏ? ਇਹ ਕੁਛ ਵੱਡੇ ਸਵਾਲ ਨੇ ਜੋ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਉੱਠਦੇ ਨੇ। ਅਗਰ ਮਾਤਾ ਚੰਦ ਕੌਰ ਜੀ ਦੇ ਕਾਤਲਾਂ ਨੂੰ ਲੱਭਣਾ ਹੈ ਤਾਂ ਗੁਰਦੁਆਰਾ ਭੈਣੀ ਸਾਹਿਬ ਦੇ ਪਿਛਲੇ 25 ਸਾਲਾਂ ਦੇ ਇਤਿਹਾਸ ਨੂੰ ਫਰੋਲਿਆ ਜਾਵੇ, ਉਸ ਤੋਂ ਪਤਾ ਚੱਲੇਗਾ ਕਿ ਉੱਥੇ ਕਿੰਨੇ ਵੱਡੇ ਅਪਰਾਧ ਹੋ ਚੁੱਕੇ ਹਨ, ਜਿਵੇਂ ਕਿ ਜਾਲੀ ਨੋਟ ਛਾਪਣ, ਨਸ਼ੇ ਦਾ ਵਪਾਰ ਅਤੇ ਕਈ ਕਤਲ ਹੋ ਚੁੱਕੇ ਹਨ ਜੋ ਮਾਤਾ ਚੰਦ ਕੌਰ ਜੀ ਦੇ ਕਤਲ ਵਾਂਗ ਦਬਾ ਦਿੱਤੇ ਗਏ ਹਨ। ਜੇ ਉਹਨਾਂ ਵੱਡੇ ਅਪਰਾਧਾਂ ਦੇ ਦੋਸ਼ੀਆਂ ਨੂੰ ਫੜਿਆ ਜਾਵੇ ਤਾਂ ਉਹਨਾਂ ਨਾਲ ਕੜੀ ਜੋੜ ਕੇ ਮਾਤਾ ਜੀ ਦੇ ਕਾਤਲ ਵੀ ਲੱਭ ਜਾਣਗੇ। ਜੇ ਉਦੋਂ ਤੋਂ ਹੀ ਪ੍ਰਸ਼ਾਸਨ ਨੇ ਸਖਤੀ ਨਾਲ ਗੁਰਦੁਆਰਾ ਭੈਣੀ ਸਾਹਿਬ ਵਾਲਿਆਂ ਪ੍ਰਬੰਧਕਾਂ ਤੇ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਮਾਤਾ ਜੀ ਦਾ ਕਤਲ ਅੱਜ ਨਹੀਂ ਸੀ ਹੋਣਾ। ਕੀ ਤੁਹਾਡੀ ਭਾਜਪਾ ਸਰਕਾਰ ਗੁਰਦੁਆਰਾ ਭੈਣੀ ਸਾਹਿਬ ਵਾਲਿਆਂ ਨੂੰ ਬਚਾ ਰਹੀ ਹੈ ਜਾਂ ਸੀਬੀਆਈ, ਕਾਂਗਰਸੀ ਨੇਤਾ ਐਚਐਸ ਹੰਸਪਾਲ ਦੇ ਪ੍ਰਭਾਵ ਅਧੀਨ ਜਾਂ ਫਿਰ ਪੈਸੇ ਦੇ ਪ੍ਰਭਾਵ ਕਰਕੇ ਮਾਤਾ ਚੰਦ ਕੌਰ ਜੀ ਦੇ ਕਾਤਲਾਂ ਨੂੰ ਨਹੀਂ ਫੜਿਆ ਜਾ ਰਿਹਾ? ਤੁਸੀਂ ਗੁਰਦੁਆਰੇ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਰਿਮਾਂਡ ਤੇ ਲੈ ਕੇ ਸਖਤੀ ਨਾਲ ਜਾਂਚ ਪੜਤਾਲ ਕਰਵਾਓ ਤਾਂ ਜੋ ਸੱਚ ਸਭ ਦੇ ਸਾਹਮਣੇ ਆਵੇ। ਮਾਤਾ ਚੰਦ ਕੌਰ ਜੀ ਦੇ ਕਤਲ ਦਾ ਸਭ ਤੋਂ ਵੱਧ ਫਾਇਦਾ ਕਿਹਨੂੰ ਹੋਇਆ? ਗੱਦੀ ਕਿਹਦੀ ਪੱਕੀ ਹੋਈ? ਚਾਹੇ ਦਾਦਾ ਕਿਹਦੀਆਂ ਪੱਕੀਆਂ ਹੋਈਆਂ? ਮਾਤਾ ਚੰਦ ਕੌਰ ਜੀ ਦੇ ਕਤਲ ਦਾ ਲਾਭ ਕਿਹਨੂੰ ਹੋਇਆ ਅਤੇ ਨੁਕਸਾਨ ਕਿਹਨੂੰ ਹੋਇਆ? ਮੈਂ ਇੱਕ ਗੱਲ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਪੁੱਛਣੀ ਚਾਹੁੰਦਾ ਹਾਂ ਵੀ ਜਿੱਦਣ ਤੁਹਾਡੇ ਘਰ ਵਾਲਿਆਂ ਦੇ ਅਕਾਊਂਟ ਚੋਂ ਪੈਸੇ ਨਿਕਲੇ ਤੇ ਇੱਕ ਦਿਨ ਦੇ ਵਿੱਚ ਹੀ ਉਹ ਫੜਿਆ ਗਿਆ ਤੇ ਕਾਤਲ ਅੱਜ 3.5 ਸਾਲ ਹੋ ਗਏ ਨੇ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ, ਕਿੱਡੀ ਮਾੜੀ ਗੱਲ ਆ ਵੀ ਜੇ ਸਲਮਾਨ ਖਾਨ ਹਿਰਨ ਨੂੰ ਮਾਰ ਦੇਵੇ ਤੇ ਉਹਦੀ ਸਜ਼ਾ ਸਲਮਾਨ ਖਾਨ ਨੂੰ ਮਿਲ ਸਕਦੀ ਹੈ। ਇੱਕ ਹਿਰਨ ਦੇ ਜਾਨਵਰ ਦੇ ਕਤਲ ਦੇ ਵਿੱਚ ਸਜ਼ਾ ਹੁੰਦੀ ਹੈ ਪਰ ਸਾਡੇ ਮਾਤਾ ਜੀ ਦੇ ਕਾਤਲਾਂ ਨੂੰ ਨਹੀਂ ਫੜਿਆ ਜਾਂਦਾ ਜਦਕਿ ਇਸ ਗੱਲ ਨੂੰ 3-4 ਸਾਲ ਹੋ ਗਏ ਨੇ। ਮਾਤਾ ਜੀ ਦਾ ਕਤਲ ਜਿਨ੍ਹਾਂ ਨੂੰ ਉੱਥੋਂ ਦੀਆਂ ਪ੍ਰਾਪਰਟੀਆਂ ਮਿਲੀਆਂ, ਗੱਦੀਆਂ ਮਿਲੀਆਂ, ਉਹਨਾਂ ਨੇ ਮਾਤਾ ਜੀ ਦਾ ਕਤਲ ਕੀਤਾ। ਉਸ ਟਾਈਮ ਮੌਕੇ ਦੇ ਅਫਸਰਾਂ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਅਗਰ 2 ਘੰਟੇ ਦਾ ਟਾਈਮ ਮਿਲ ਜਾਵੇ ਤਾਂ ਅਸੀਂ ਮਾਤਾ ਜੀ ਦੇ ਕਾਤਲਾਂ ਨੂੰ 2 ਘੰਟੇ ਵਿੱਚ ਫੜ ਕੇ ਸਾਹਮਣੇ ਪੇਸ਼ ਕਰ ਦੇਵਾਂਗੇ। ਇਸ ਪ੍ਰਦਰਸ਼ਨ ਤੋਂ ਸਾਨੂੰ ਇਹ ਵੀ ਮਹਿਸੂਸ ਹੁੰਦਾ ਹੈ ਕਿ ਇੰਟੈਲੀਜੈਂਸ ਜਾਂ CBI ਸਾਡੇ ਉੱਤੇ ਹੋਰ ਸ਼ਿਕੰਜਾ ਕੱਸੇਗੀ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੋਣਾ ਹੈ ਕਿ ਅਸੀਂ ਇੰਟੈਲੀਜੈਂਸੀਆਂ ਦਾ ਨਾਂ ਲੈ ਕੇ ਇੱਥੇ ਪ੍ਰਦਰਸ਼ਨ ਕਰ ਰਹੇ ਹਾਂ ਪਰ ਹੋ ਸਕਦਾ ਹੈ ਸਾਡੇ ਉੱਤੇ ਹੋਰ ਝੂਠੇ ਕੇਸ, ਝੂਠੇ ਮੁਕੱਦਮੇ ਜਿਹੜੇ ਉਹ ਪਾਏ ਜਾ ਸਕਦੇ ਹਨ। ਜਬ ਹਮਾਰੇ ਪੂਜੇ ਗੁਰੂ ਮਾਤਾ ਚੰਦ ਕੌਰ ਜੀ ਕੋ ਜੋ 2 ਗੋਲੀਆਂ ਉਨਕੋ ਮਾਰੀ ਗਈ ਵੋ ਉਨਕੇ ਸਰੀਰ ਮੇਂ ਸੇ ਆਰ ਪਾਰ ਹੋ ਗਈ, ਡਰਾਈਵਰ ਕੋ ਏਕ ਵੀ ਗੋਲੀ ਨਹੀਂ ਲਗੀ ਔਰ ਆਜ ਤੱਕ ਕਿਸੀ ਵੀ ਜਾਂਚ ਏਜੰਸੀ ਨੇ ਚਾਹੇ ਵੋ ਪੰਜਾਬ ਪੁਲਿਸ ਹੈ ਜਾਂ CBI ਕਿਸੀ ਨੇ ਵੀ ਉਸ ਵਕਤ ਜੋ ਮੌਜੂਦ ਥੇ ਮਾਤਾ ਜੀ ਕੇ ਪਾਸ ਉਨਮੇਂ ਸੇ ਕਿਸੀ ਕੋ ਵੀ ਗ੍ਰਿਫਤਾਰ ਕਰਕੇ ਸਖਤੀ ਸੇ ਪੂਛਤਾਛ ਨਹੀਂ ਕੀ ਹੈ। ਸਰਕਾਰ ਨੇ ਪਿਛਲੇ 3.5 ਸਾਲ ਮੇਂ ਕੁਛ ਵੀ ਨਹੀਂ ਕੀਆ ਹੈ। ਜੋ ਗੁਰਦੁਆਰਾ ਪਰਿਸਰ ਕੇ ਜੋ ਮਾਲਿਕ ਔਰ ਪ੍ਰਬੰਧਕ ਠਾਕੁਰ ਉਦੇ ਸਿੰਘ ਹੈ ਉਨਕੋ ਤੋ ਉਨਸੇ ਪੂਛਤਾਛ ਕਰਨੀ ਤੋ ਬਹੁਤ ਦੂਰ ਕੀ ਬਾਤ ਹੈ, ਉਨਕੋ ਤੋ ਬੁਲਾਇਆ ਵੀ ਨਹੀਂ ਗਿਆ CBI ਕੇ ਦਫਤਰ ਮੇਂ। ਯਾਨੀ ਨਿਰਦੋਸ਼ ਲੋਗੋ ਕੋ ਪਰੇਸ਼ਾਨ ਕੀਆ ਜਾ ਰਹਾ ਹੈ ਔਰ ਜੋ ਐਕਚੁਅਲ ਹੈ ਵੋ ਨਹੀਂ ਹੋ ਰਹਾ ਹੈ ਕਾਮ। ਐਕਚੁਅਲ ਕੀ ਤਰ੍ਹਾਂ ਤੋ ਆਂਖ ਉਠਾ ਕੇ ਵੀ ਦੇਖ ਰਹਾ ਹੈ ਸਰਕਾਰ, ਚਾਹੇ ਕਿਸੇ ਵੀ ਪਾਰਟੀ ਕੋ, ਚਾਹੇ ਭਾਜਪਾ ਕੀ ਹੋ, ਚਾਹੇ ਵੋ ਕਾਂਗਰਸ ਕੀ ਹੋ, ਕੋਈ ਵੀ ਸਰਕਾਰ ਉਨਕੀ ਦਰਵਾਜ਼ ਉਠਾ ਕੇ ਦੇਖਨੇ ਕੋ ਤਿਆਰ ਨਹੀਂ ਹੈ। ਇਤਨੀ ਸੁਰੱਖਿਆ ਮੇਂ ਅਗਰ ਮਰਡਰ ਹੋ ਜਾਤਾ ਹੈ ਤੋ ਬਹੁਤ ਬੜੀ ਬਾਤ ਹੈ, ਕਿਆ ਕਹੇਂਗੇ ਆਪ? ਹਮਨੇ ਕਹਿਣਾ ਕਿਆ ਹੈ, ਹਮਾਰੇ ਕੋ ਪਤਾ ਹੀ ਹੈ ਕਿ ਕਾਤਿਲ ਬਾਹਰ ਸੇ ਨਹੀਂ ਆਇਆ, ਕਾਤਿਲ ਅੰਦਰ ਸੇ ਆਇਆ, ਮਾਤਾ ਚੰਦ ਕੋ ਗੋਲੀ ਲਗ ਮਾਰੀ ਔਰ ਅੰਦਰ ਹੀ ਚਲਾ ਗਿਆ। ਸਰਕਾਰ ਕਿਆ ਵੋ ਏਜੰਸੀ ਛੁਪਾ ਕਿਉਂ ਰਹੀ ਹੈ, ਬਤਾ ਕਿਉਂ ਨਹੀਂ ਰਹੇ, ਕਿਆ ਵਜ੍ਹਾ ਹੈ? ਏਜੰਸੀ ਕੇ ਉੱਪਰ ਜੋ ਦਬਾਵ ਹੈ ਹੰਸਪਾਲ ਜੀ ਕਾ, ਵੋ ਪ੍ਰੈਜ਼ੀਡੈਂਟ ਹੈ ਕਾਂਗਰਸ ਪਾਰਟੀ ਕੇ, ਤੋ ਪੰਜਾਬ ਮੇਂ ਜੋ ਕੈਪਟਨ ਹੈ ਉਨਕੀ ਉਨਸੇ ਬਨਤੀ ਹੈ ਠਾਕੁਰ ਉਦੈ ਸਿੰਘ ਸੇ, ਜੈਸੇ ਵੋ ਕਹਤੇ ਹੈ ਵੈਸੇ ਵੋ ਕਰਤੇ। ਬਹੁਤ ਛੋਟਾ ਜਿਹਾ ਏਰੀਆ ਭੈਣੀ ਸਾਹਿਬ ਦੇ ਵਿੱਚੋਂ ਕਾਤਲ ਲੱਭਣਾ ਕੋਈ ਜ਼ਿਆਦਾ ਔਖਾ ਨਹੀਂ ਹੈਗਾ। ਸਾਨੂੰ ਖਦਸ਼ਾ ਜਿਹੜੇ ਉਹਨਾਂ ਦੇ ਸੇਵਕ ਹੈ ਠਾਕੁਰ ਉਦੈ ਸਿੰਘ ਦੇ ਅਤੇ ਸੰਤ ਜਗਤਾਰ ਸਿੰਘ ਦੇ, ਉਹੀ ਕਰਵਾ ਸਕਦੇ ਆ। ਪ੍ਰੋਪਰਟੀਆਂ ਉਹਨਾਂ ਦੇ ਕੋਲ ਗਈਆਂ, ਮਾਤਾ ਜੀ ਦਾ ਜਿੰਨਾ ਮੱਥਾ ਟੇਕਦਾ ਸੀਗਾ ਠਾਕੁਰ ਉਦੈ ਸਿੰਘ ਕੋਲ ਜਾ ਰਿਹਾ ਹੁਣ, ਜਿਹੜਾ ਕਿ ਉਹਨਾਂ ਕੋਲ ਨਹੀਂ ਸੀ ਜਾ ਰਿਹਾ ਉਦੋਂ ਪਹਿਲਾਂ। ਜਿਸ
ਕਿਲੇ ਦੇ ਵਿੱਚ ਇਹ ਕਤਲ ਹੋਇਆ ਹੈ। ਉਸ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਨਾ ਨਿਕਲ ਸਕਦਾ ਨਾ ਵੜ ਸਕਦਾ। ਹਰ ਤਰ੍ਹਾਂ ਦੀ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ, ਵੜਨ ਲੱਗਿਆਂ ਦੀ ਮਾਲਾ ਤੱਕ ਫਰੋਲੀ ਜਾਂਦੀਆਂ ਨੇ, ਗੁਟਕੇ ਤੱਕ ਫਰੋਲੇ ਜਾਂਦੇ ਨੇ, ਜਿਹੜੇ ਗੁਰਬਾਣੀ ਪੜ੍ਹਦੇ ਆ। ਇੰਨਾ ਹੋਣ ਦੇ ਬਾਵਜੂਦ ਦੂਸਰਾ ਕਾਤਲ ਕਿਵੇਂ ਵੜ ਸਕਦਾ ਉੱਥੇ? ਜਿਹੜੀ CBI ਜਾਂਚ ਕਰ ਰਹੀ ਹੈ, ਉਹ ਜਿਸ ਦਾਇਰੇ ਦੇ ਅੰਦਰ ਕਤਲ ਹੋਇਆ, ਜਿਹਨਾਂ ਬੰਦਿਆਂ ਨੇ ਕੀਤਾ ਉੱਥੇ ਬੈਠੇ ਨੇ, ਪਰ ਉੱਥੇ ਕੋਈ ਪੁੱਛ ਪੜਤਾਲ ਨਹੀਂ ਹੋ ਰਹੀ। ਲੇਕਿਨ ਪਾਸੇ ਆਸੇ ਵਾਲਿਆਂ ਨੂੰ ਬਹੁਤ ਤੰਗ ਕੀਤਾ ਜਾ ਰਿਹਾ, ਉਹ ਜਾਂਚ ਏਜੰਸੀਆਂ ਉਹਨਾਂ ਤੱਕ ਪਹੁੰਚ ਨਹੀਂ ਰਹੀਆਂ, ਪਤਾ ਨਹੀਂ ਉਹਨਾਂ ਤੇ ਕਿਸ ਤਰ੍ਹਾਂ ਦਾ ਦਬਾਅ ਹੈ। ਇੱਕ 85 ਸਾਲ ਦੀ ਬਿਰਧ ਔਰਤ ਨੂੰ ਗੁਰਦੁਆਰੇ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਪੁਲਿਸ ਅਤੇ CBI ਦੋਵੇਂ ਜਾਂਚ ਏਜੰਸੀਆਂ ਗੁਰਦੁਆਰੇ ਜਾਂ ਫਿਰ ਘਟਨਾ ਦੇ ਨੇੜੇ ਤੋਂ ਕਿਸੇ ਇੱਕ ਵੀ ਵਿਅਕਤੀ ਨੂੰ ਨਹੀਂ ਪਕੜਦੀ, ਇਹਦਾ ਕੀ ਅਰਥ ਨਿਕਲਦਾ ਹੈ?